ਛੜੀ ਉਹ ਝੰਡੇ ਨਹੀਂ ਨਹੀਂ ਯਾਰ ਡੰਡੇ ਨਹੀਂ ਕੋਈ ਡੰਡਾ ਫੜਾਓ ਮੈਨੂੰ ਛੜੀ ਹੈ ਕਿਸੇ ਕੇ ਪਾਸ ਉਹ ਉਹ ਮਿਲ ਗਈ ਮਿਲ ਗਈ ਮਿਲ ਗਈ ਮਿਲ ਗਈ ਬਹਿ ਜਾਓ ਜੀ ਬਹਿ ਜਾਓ ਵੇਖੋ ਪੁੱਤਰੋ ਇਹ ਬਾਬਾ ਖਾਦਮ ਫਰਮਾਤਾ ਥਾ ਨਾ ਬਈ ਸਾਡੇ ਜਿਹਾ ਤੁਹਾਨੂੰ ਨਹੀਂ ਮਿਲਣਾ ਇਹ ਮੈਂ ਵੀ ਕਹਿ ਰਿਹਾ ਮੇਰੇ ਜਿਹਾ ਵੀ ਤੁਹਾਨੂੰ ਸਮਝਾਉਣ ਵਾਲਾ ਬਾਅਦ ਵਿੱਚ ਨਹੀਂ ਮਿਲਣਾ ਇਹ ਹੁਣ ਮੈਂ ਅਧੀਸ ਸਮਝਾਉਣ ਲੱਗਾ ਜੀ ਸੁਣੋ ਇੱਧਰ ਮੇਰੇ ਹੱਥ ਤੱਕੋ ਇਹ ਭਾਈ ਜੀ ਤੁਸੀਂ ਇਸ ਪਾਸੇ ਨਾਰਾਏ ਤਕਬੀਰ ਨਾਰਾਏ ਰਿਸਾਲਤ ਮੈਨੂੰ ਵੇਖੋ ਇੱਕ ਸਾਹਬੀ ਹੈ ਉਨ੍ਹਾਂ ਨਾਮ ਵੀ ਹਜ਼ਰਤ ਸਾਬਤ ਹੈ ਜਿਹੜਾ ਰਾਤੀ ਵਾਕਿਆ ਸੁਣਾਇਆ ਉਹ ਸਾਬਤ ਬਿਨ ਕੈਸ ਬਿਨ ਸ਼ਮਾਤ ਸੀ ਇਹ ਜਿਹੜਾ ਵਾਕਿਆ ਸੁਣਾ ਰਿਹਾ ਇਹ ਵੀ ਹਜ਼ਰਤ ਸਾਬਤ ਹੈ ਹੈ ਮਦੀਨੇ ਕੇ ਹਾਂ ਹੈ ਮੰਗੇ ਮਦੀਨੇ ਕੇ ਉੱਚਾ ਬੋਲੋ ਮਜਮਾ ਇੱਕ ਵਾਰੀ ਲਲਕਰ ਕੇ ਬੋਲੇ ਮਦੀਨੇ ਕੇ ਇਹ ਹੋਰ ਸਾਰੇ ਨਾਂ ਤੁਨ ਰੱਟੇ ਰਟਾਇਨ ਤੇ ਮਦੀਨੇ ਦਾ ਬੋਲੋ ਮੂੰਹ ਚੁਨਾ ਖਾਂ ਉਮਤੀ ਕੇ ਮੂੰਹ ਦੇ ਨਾਮ ਮਦੀਨੇ ਕਾ ਆ ਜਾਏ ਤੇ ਰੱਬ ਕੀ ਰਹਿਮਤ ਕੇ ਦਰਵਾਜ਼ੋ ਕੇ ਤਾਲੇ ਕੜਕ ਕਰਕੇ ਖੁੱਲ ਜਾਤੇ ਜਣਾ ਮਦੀਨੇ ਦਾ ਅਨਸਾਰੀ ਤੇ ਹਜ਼ੂਰ ਪੁਰਨੂਰ ਤਸ਼ਰੀਫ ਲੈ ਆਏ ਮਦੀਨੇ ਸ਼ਰੀਫ ਕੁਝ ਅਰਸਾ ਗੁਜ਼ਰਿਆ ਹਜ਼ੂਰ ਦਾ ਸ਼ੋਹਰਾ ਹੋ ਗਿਆ ਦਾਏ ਬਾਏ ਜੋ ਮੂੰਹ ਵਿੱਚੋਂ ਕੱਢਦੇ ਨਿਕਲ ਉਂਝ ਹੋ ਜਾਂਦੀ ਹੈ ਇਹ ਮਸ਼ਹੂਰ ਹੋ ਗਿਆ ਇਹ ਮੁਸਲਮਾਨ ਵੀ ਐਨ ਸਾਹਬੀ ਔਰ ਇੱਕ ਦਿਨ ਤੰਗ ਆ ਗਏ ਕਿਉਂ ਕਿਸ ਬਾਤ ਪਰ ਸੁਣੋ ਜ਼ਰਾ ਕੰਨ ਖੋਲ ਕੇ ਸੁਣੀਓ ਸਾਰੇ ਹਾਜ਼ਰ ਰਹੀਓ ਹਜ਼ੂਰ ਕਾ ਸ਼ੋਹਰਾ ਜ਼ਿਆਦਾ ਬਈ ਜੋ ਮੂੰਹ ਚੋਂ ਨਿਕਲੇ ਉਂਝੀ ਖੂਹ ਕੋੜੇ ਸਨ ਆਪਨੇ ਥੁੱਕ ਦਿੱਤਾ ਮਿੱਠੇ ਹੋ ਬੰਦੇ ਗੰਜੇ ਸਨ ਆਪਨੇ ਹੱਥ ਪਿਰਿਆ ਵਾਲ ਆ ਗਏ ਅੱਖਾਂ ਚੋਂ ਜਿਹੜੇ ਕਾਣੇ ਸਨ ਆਪ ਤਵੱਜੋ ਕੀਤੀ ਅੱਖਾਂ ਮੁੜ ਆਈਆਂ ਹੱਡੀਆਂ ਟੁੱਟ ਗਈਆਂ ਆਪ ਹੱਥ ਪਿਰਿਆ ਹੱਡੀਆਂ ਜੁੜ ਗਈਆਂ ਤੇ ਚੰਨ ਮੱਖਣੋ ਜੇ ਹੈਂਜ ਦਾ ਫੈਜ਼ ਹੋਵੇ ਤੇ ਸ਼ੋਹਰਾ ਖਾਂ ਤੱਕ ਨਾ ਜਾਏਗਾ ਤੇ ਉਹ ਸਾਹਬੀ ਆਏ ਉਹਨਾਂ ਦੀ ਇੱਕ ਲੱਤ ਜਮਾਂਦਰੂ ਨਿੱਕੀ ਸੀ ਕੇ ਸੀ ਜਮਾਂਦਰੂ ਸਮਝਦੇ ਹੋ ਜਮਦਿਆਂ ਵੇਲੇ ਦੀ ਇਹ ਪੈਰ ਨਹੀਂ ਸੀ ਥੱਲੇ ਲੱਗਦਾ ਪੈਰ ਹੈ ਹੀ ਨਹੀਂ ਸੀ ਪੂਰਾ ਲੱਤ ਇੱਥੇ ਉਹ ਇਹ ਇੰਜ ਇੰਜ ਕਰਕੇ ਟੁੱਟਦੇ ਸਨ ਲੱਤ ਨਹੀਂ ਸੀ ਲੱਗਦੀ ਥੱਲੇ ਕੋਸ਼ਿਸ਼ ਕਰਕੇ ਮਦੀਨੇ ਮੈਂ ਸਾਰੇ ਉਹਨੂੰ ਕਹਿੰਦੇ ਨੇ ਭਾਈ ਲੰਘ ਵਾਲਾ ਭਾਈ ਲੰਗੜਾ ਭਾਈ ਤੋ ਉਹ ਆਏ ਉਹਨਾਂ ਗਿਆ ਹਜ਼ੂਰੇ ਮੈਂ ਤੰਗ ਆ ਗਿਆ ਸੁਣ ਸੁਣ ਕੇ ਮੈਨੂੰ ਦੁਨੀਆਂ ਆ ਦੀ ਲੰਗੜਾ ਭਾਈ ਤੇ ਮੈਂ ਤੰਗ ਆ ਗਿਆ ਤੇ ਕਿਹੜੀ ਸ਼ੈ ਉਹ ਸੋਹਣਿਆ ਜਿਹੜੀ ਤੇਰੇ ਬੂਹੇ ਉਹ ਗੱਲ ਸ਼ੈ ਕਿਹੜੀ ਏ ਆਲਾ ਹਜ਼ਰਤ ਬਰੇਲਵੀ ਫਰਮਾਤੇ ਹੈ ਉਹ ਜ਼ੁਬਾਨ ਜਿਸ ਕੋ ਸਭ ਖੂਨ ਕੀ ਕੁੰਜੀ ਕਹੇ ਜੇ ਮੂੰਹ ਚ ਆਉਂਦਾ ਹੈ ਸ਼ੇਰ ਤੇ ਬੋਲੋ ਉਹ ਜ਼ੁਬਾਨ ਜਿਸ ਕੋ ਸਭ ਖੂਨ ਕੀ ਕੁੰਜੀ ਕਹੇ ਉਹ ਜ਼ੁਬਾਨ ਜਿਸ ਕੋ ਸਭ ਖੂਨ ਕੀ ਕੁੰਜੀ ਕਹੇ ਫਿਰ ਬੋਲੋ ਉਹ ਜ਼ੁਬਾਨ ਜਿਸ ਕੋ ਸਭ ਖੂਨ ਕੀ ਕੁੰਜੀ ਕਹੇ ਉਹ ਚੰਨ ਮੱਖਣੋ ਤੁਸੀਂ ਬੋਲਦੇ ਤਾਂ ਨਾ ਤੁਸੀਂ ਇਹ ਸਮਝੇ ਹੋਵੋਗੇ ਬਈ ਜਿਵੇਂ ਪੀਰ ਹੁੰਦੇ ਨੇ ਇਹਨੇ ਸਰਕਾਰ ਉਹ ਚਲਿਓ ਦੁਨੀਆਂ ਮੇ ਮਿਸਾਲ ਹੈ ਹੀ ਨਹੀਂ ਹੈ ਆਮਨਾ ਕੇ ਲਾਲ ਕੀ ਤੁਹਾਨੂੰ ਕੇ ਸਮਝ ਹਜ਼ੂਰ ਪੁਰ ਨੂਰ ਐਕਸੈਪਸ਼ਨਲ ਕੇਸ ਹੈ ਅੱਲਾਹ 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 ਕੀ ਜ਼ਾਤ ਕਾ ਮਜ਼ਰ ਜ਼ਮੀਨ ਪਰ ਕੋਈ ਆਇਆ ਹੈ ਤੋ ਫਕਤ ਮੁਹੰਮਦ ਮੁਸਤਫਾ ਚਲਿਆ ਅਜੇ ਵੀ ਸ਼ਰੀਅਤ ਦੇ ਮੇਰੀ ਜ਼ਬਾਨ ਤੇ ਤਾਲੇ ਨੇ ਚਲਿਆ ਅਜੇ ਤਾਲੇ ਨੇ ਮੇਰੀ ਜ਼ਬਾਨ ਤੇ ਜਿਹੜੇ ਮੌਲਵੀ ਬੇਬਹਿਰਾ ਹੈ ਤਸੱਵਫ ਸੇ ਕਹੀਂ ਵੋ ਬਦਗੁਮਾਨ ਨਾ ਹੂੰ ਵਗਰਨਾ ਸ਼ਰੀਅਤ ਕੇ ਤਾਲੇ ਨਾ ਹੋਤੇ ਮੈਂ ਇੱਕ ਹਦੀਸ ਸ਼ਰੀਫ ਸੁਣਾ ਦੇਤਾ ਹੂੰ ਆਪਕੋ ਇੱਕ ਸੁਣਾ ਦੇਣਾ ਹਜ਼ਰਤ ਅਬੂ ਹੁਰੈਰਾ ਰਜ਼ੀ ਅੱਲਾਹ ਤਾਲਾ ਨੂੰ ਗਲੀ ਮੇਂ ਘੂਮ ਰਹੇ ਥੇ ਮਦੀਨੇ ਕੀ ਉਦੋਂ ਹਜ਼ੂਰ ਆ ਗਏ ਹਜ਼ੂਰ ਨੇ ਸੁਰਖ ਜੁਬਾ ਪਾਇਆ ਸੀ ਕੀ ਪਾਇਆ ਸੀ ਸੁਰਖ ਜੁਬਾ ਹਜ਼ਰਤ ਅਬੂ ਹੁਰੈਰਾ ਤੇ ਕਿਆ ਡਿੱਗੇ ਹਦਕੇ ਯਾ ਰਸੂਲ ਅੱਲਾਹ ਜਬ ਹੋਸ਼ ਮੇ ਆਏ ਸਰਕਾਰ ਗੁਜ਼ਰ ਗਏ ਸਰਕਾਰ ਗੁਜ਼ਰ ਗਏ ਜਬ ਅਬੂ ਹੁਰੈਰਾ ਹੋਸ਼ ਮੇ ਆਏ ਹੋਸ਼ ਮੇ ਬੰਦਿਆਂ ਪੁੱਛਿਆ ਕੇ ਹੋਇਆ ਹੀ ਹੋਇਆ ਕੇ ਉਹਨਾਂ ਨੇ ਕਿਹਾ ਮੈਨੇ ਰੱਬ ਕੋ ਮਦੀਨੇ ਕੀ ਗਲੀ ਮੇ ਦੇਖਾ ਅੱਲਾਹ ਹੈ ਤਾਜਦਾਰ ਖਦਮੇ ਲਬੂਵਤ
ہے تو مصطفیٰ، کمال خدا ہے تو مصطفیٰ، مظہر قدرت الہ ہے تو مصطفیٰ، من رانی فقد رال حق جو اعلان ہے جس نے کیا وہ ہے مصطفیٰ۔ اس حدیث کی توثیق ہوتی ہے اس حدیث سے، جب حضور معراج میں واپس لوٹے تھے تو حضور پر نور صلی اللہ علیہ وآلہ وسلم کی ذات بابرکات، توجہ توجہ، حضور پر نور صلی اللہ علیہ وسلم کی ذات بابرکات سے پوچھا تھا سیدنا صدیق اکبر نے صبح کہ آپ نے اپنے رب کو دیکھا ہے؟ فرمایا دیکھا۔ رائی تو ربی بھی اکثر سورہ، بہت سونی صورت میں دیکھا۔ عرض کیا رب کی ہو جائے، حضور نے فرمایا یا بابک انظر الیہ، ابو بکر مجھے دیکھ، من رانی فقد را الحق، جس نے محمد کو دیکھا اس نے یہی شعر اعلی حضرت بریلوی نے کلام میں استعمال کیا ہے۔ اعلی حضرت بریلوی فرماتے ہیں من رانی قدر الحق جو کہے، من رانی قدر الحق جو، کیا بیان اس کی حقیقت کیجئے، او دی حقیقت بیان ہو ہی نہیں سکتی۔ تو چلو گل مکاواں، ہینڈ کر کے آئے ہینڈ، انہوں نے کہا حضور کیڑی شاید جڑی تواڈے بوئے تے نہیں، حضور فرمایا کے چند ہے، انہیں کہا پیر تھلے نہیں لگ، پیر جماندرو نکا رہ گیا، اینج کر کے اتنے تکیا سرکار نے، فرمایا مولا میرے بوئے تو خالی تو ٹوڑیا کسی نو نہیں ہے، اینو پیر دے، اینو پیر دے، پیر لمبا ہویا۔ مسجد نبی میں جماعت صحابہ کے سامنے اکھاں نال انہوں تکیا ہے، ٹنگ لمبی ہوگی، پیر تھلے لگ گیا، ڈنڈا سٹ دیتا جنا اینج کر کے ٹوڑیا اور نکلیا، تو مدینے کی گلیوں میں لوگوں نے دیکھا او یہ کوئی ہو رہے، بنیا پوچھا تیری تلاتی نہیں سی کن جو ہو گئی، انہاں کیا ہو چڑھو گال ساری سرکار۔ ابھی میرے کلینے کے ٹکڑوں میری انکھوں کے تاروں، آپ نے حضور کو پہچانا ہی نہیں، دنیا جانتی ہی نہیں ہے حضور کا مرتبہ کیا ہے، حضور کا مقام کیا ہے۔ لا الہ الا اللہ محمد رسول اللہ، مجھے اس کلمے کی قسم ہے، اگر آپ کے دل میں ایک ذرہ حضور کی محبت کا ہے، آپ کا یہ جان بھی کامیاب، وہ جان بھی کامیاب۔ عقلوں سے حضور کو نہ سمجھو، حضور عقل سے آئیں گے ہی نہیں ذہن میں، دماغ میں نہ سوچو حضور کی صورت کو۔ او بیلیا توجہ کرنا، پہلے گل سن لو، میں نہیں دینا پتر سرکار دے صدقے لبنا ہے، یاد رکھنا یہ گلاں، دل نال حضور دیاں سنو، تو درود شریف نبی پاک دے پڑھنا شروع کرو، مجھ کو بھی جو بیٹے ملے ہیں در مصطفیٰ کا صدقہ ملے، تمہیں جو کچھ ملے گا وہ بھی در مصطفیٰ کا صدقہ ہے، مینو نہ منو، منو نو جنو رب منوانا پیا ہے۔ ہمارے پیچھے مت دوڑو، ہم کیا ہیں، میں کیا اور میری اوقات کیا ہے،